ਪਹਿਲਾਂ ਫਗਵਾੜੇ ਤੋਂ ਆਟੋ ਲਿਆ, ਫਿਰ ਗੁਰਾਇਆਂ ਤੋਂ ਲੈ ਆਇਆ, ਹੁਣ ਫਿਰ ਅਸੀਂ ਤੁਰ ਕੇ ਜਾਣਦੇ। ਜਿਹੜਾ ਮਰਗ ਨੂੰ ਵੀ ਨਹੀਂ ਜਾਣਦੇ ਫਿਰ ਬੰਦਾ ਫਾਇਦਾ ਕੀ ਧਰਨਾ ਲਾਉਣ ਦਾ? ਕਿੱਥੋਂ ਆਏ ਆ ਤੁਸੀਂ? ਅਸੀਂ ਤਾਂ ਫਗਵਾੜੇ ਤੋਂ ਮੱਥਾ। ਕਿੱਥੇ ਚੱਲੇ ਆ ਤੁਸੀਂ? ਅਸੀਂ ਫਲੋਰ ਜਾਣਾ। ਕਾਹਤੇ ਆਏ ਆ ਤੁਸੀਂ? ਅਸੀਂ ਤਾਂ ਆਟੋ 'ਚ ਆਏ ਆ। ਬੱਚਾ ਦੇਖਦੇ ਪਏ ਆ, ਚੱਲ ਵੀ ਨਹੀਂ ਸਹੀ ਤਰ੍ਹਾਂ ਹੁੰਦਾ ਪਿਆ, ਇਹਨੂੰ ਨਾਲ ਲੈ ਕੇ ਮੱਥਾ ਟਿਕਾਉਣ ਜਾ ਰਹੇ? ਹਾਂਜੀ, ਮੱਥਾ ਟੇਕ ਕੇ ਆਏ ਆ। ਆਏ ਟੈਂਪੂ 'ਚ ਸੀਗਾ ਤੁਸੀਂ? ਹਾਂਜੀ, ਅਸੀਂ ਗਏ ਤਾਂ ਬੱਸਾਂ 'ਚ ਸੀਗੇ ਜਾਣੀ, ਹੁਣ ਅਸੀਂ ਆਟੋ 'ਚ ਆਏ ਆ। ਫਗਵਾੜੇ 'ਚ ਠੇਰੇ ਆ। ਅੱਛਾ, ਰਹਿਣ ਵਾਲੇ ਕਿੱਥੇ ਨੇ? ਅਸੀਂ ਫਲੋਰ ਫਲੋਰ ਰਹਿਣਾ। ਫਗਵਾੜੇ ਵਾਪਸ ਜਾ ਰਹੇ ਆ ਤੁਸੀਂ? ਹਾਂਜੀ, ਨਹੀਂ ਪਾਲਾਂ ਨੂੰ ਜਾਣਾ, ਜਾਣੀ ਪਾਲਾਂ ਪਿੰਡ। ਅੱਛਾ ਜੀ, ਹਾਂਜੀ। ਤੇ ਕਿੰਨੇ ਪੈਸੇ ਫਿਰ? ਪੈਸੇ ਵੀ ਵੱਧ ਲੈ ਰਹੇ ਆਟੋ ਵਾਲੇ? ਹਾਂ, ਵੱਧੇ ਲਾਇਓ ਨੀ? ਸੱਤ ਬੱਸਾਂ ਜਿੰਨਾ ਤਾਂ ਕਿਰਾਇਆ ਲਿਆ ਨੀ, ਹੁਣ ਵੱਧੇ ਲਏ ਆ। ਖੱਜਲ ਖਵਾਰ ਹੋਣਾ ਪੈ ਰਿਹਾ ਤੁਹਾਨੂੰ? ਹਾਂਜੀ, ਖੱਜਲ ਖਵਾਰੀ ਹੋਣਾ ਪਿਆ ਤੁਹਾਨੂੰ। ਪੈਨਸ਼ਨਾਂ ਵਧਾ ਦੇਣੀ ਇੱਦਾਂ ਦੀ? ਪੈਨਸ਼ਨਾਂ ਵੀ ਨਹੀਂ ਵਧਾਉਂਦੇ ਬੱਚਿਆਂ ਦੀਆਂ ਇੱਦਾਂ ਦੀਆਂ। ਪੈਨਸ਼ਨ ਲੱਗ ਗਈ ਹੈ? ਲੱਗੀ ਤਾਂ ਹੈਗੀ ਆ, ਜਾਣੀ ਜਿਹੜੇ ਨਾਲ ਵਧੀਆਂ ਨਹੀਂ ਵਾਧੇ ਕੀਤੇ ਉਹ ਵੀ ਨਹੀਂ ਪੂਰੇ ਹੁੰਦੇ। ਖੱਜਲ ਖਵਾਰ ਹੋਣਾ ਪੈ ਰਿਹਾ ਧਰਨੇ ਕਰਕੇ। ਇਧਰਲੀ ਸਾਈਡ ਵੀ ਦੇਖ ਸਕਦੇ ਤੁਸੀਂ, ਜਾਮ ਲੱਗਾ ਹੋਇਆ। ਜਿਹੜੇ ਬੱਸਾਂ ਇੱਕ ਸਾਈਡ ਤੇ ਲੱਗੇ, ਟਰੱਕ ਇੱਕ ਸਾਈਡ ਤੇ ਲੱਗੇ ਹੋਏ ਆ, ਰੋਡਵੇ ਦੀਆਂ ਬੱਸਾਂ ਆ, ਵਿੱਚ ਸਵਾਰੀ ਆ। ਗਰਮੀ ਦਾ ਜਿਹੜਾ ਮੌਸਮ ਹੈ, ਜਿਹੜੇ ਲੋਕ ਜਿਹੜੇ ਆ ਤੁਰ ਕੇ ਅੱਗੇ ਜਾ ਰਹੇ ਆ ਬੱਸਾਂ ਵਿੱਚੋਂ ਉਤਰ ਕੇ, ਫਲੋਰ ਦੇ ਵਿੱਚ ਇਹ ਧਰਨਾ ਲੱਗਾ ਹੋਇਆ। ਇਹ ਬੀਬੀ ਜੀ ਵੀ ਦੇਖ ਸਕਦੇ ਤੁਸੀਂ, ਬੈਗ ਪਾਇਆ ਹੋਇਆ ਬਾਂਹ ਦੇ ਵਿੱਚ। ਇਹ ਵੀ ਸ਼ਾਇਦ ਲੱਗਦਾ ਬੱਸ ਦੇ ਵਿੱਚੋਂ ਹੀ ਕਿਸੇ 'ਚੋਂ ਉਤਰ ਕੇ ਹੁਣ ਅੱਗੇ ਨੂੰ ਵਧਣ ਦੀ ਤਿਆਰੀ ਕਰ ਰਹੇ ਆ। ਮਾਤਾ ਜੀ, ਕਿੱਥੋਂ ਆਏ ਆ ਤੁਸੀਂ? ਬੱਸੋਂ ਉਤਰੇ ਤੁਸੀਂ ਵੀ? ਬੱਸ 'ਚ ਸੀਗੇ? ਹਾਂਜੀ। ਅੱਗੇ ਆਉਣ ਵਾਲੀ ਬੱਸ ਕਿੱਥੇ ਜਾਣਾ ਹੈ? ਉਹ ਅਸੀਂ ਜਾਣਾ ਸੀਗਾ ਜਲੰਧਰ। ਜਲੰਧਰ ਜਾਣਾ ਹੈ ਤੁਸੀਂ? ਬੱਸ ਦੇ ਵਿੱਚ ਬੱਸ ਪਿੱਛੋਂ ਅੱਗੇ ਵਧਣ ਨਹੀਂ ਦੇ ਰਹੇ। ਤਿੰਨ ਵਜੇ ਤੱਕ ਦਾ ਇਹ ਧਰਨਾ ਚੱਲਦਾ? ਹਾਂਜੀ, 3 ਵਜੇ ਤੱਕ ਪੱਕਾ ਜੇ ਲੱਗਾ, 3 ਵਜੇ ਤੋਂ ਪਹਿਲਾਂ ਨਹੀਂ ਇਹਨੂੰ ਖੋਲਾਂਗੇ। ਤੇ ਹੁਣ ਤੁਸੀਂ ਤੁਰ ਕੇ ਫਿਰ ਕਿੱਥੇ ਚੱਲੇ ਆ? ਅਸੀਂ ਤੁਰ ਕੇ ਆ ਗਏ, ਰਿਸ਼ਤੇਦਾਰੀ ਅਸੀਂ ਇੱਥੇ ਖੜੀਗੇ, ਉੱਥੇ ਜਾ ਕੇ ਰੁਕਾਂਗੇ, ਹੋਰ ਕੀ ਕਰਾਂਗੇ। ਅਸੀਂ ਜਾਣਾ ਸੰਸਕਾਰ ਤੇ। ਅਸੀਂ ਸੰਸਕਾਰ ਤੇ ਪਹੁੰਚਣਾ ਹੀ, ਉੱਥੇ ਵੀ ਜਾਣ ਨੂੰ ਇੰਨੀ ਤੰਗੀ ਆ, ਭੈਣ ਦਾ ਸਹੁਰਾ ਮਰ ਗਿਆ ਉੱਥੇ। ਖੱਜਲ ਖਵਾਰੀ ਮਤਲਬ ਹੋ ਰਹੀ ਹੈ, ਖਰਾਬੀ ਆ ਜੀ ਜ਼ਿਆਦਾ। ਜਿਹੜਾ ਮਰਗ ਨੂੰ ਵੀ ਨਹੀਂ ਜਾਣਦੇ ਫਿਰ ਬੰਦਾ ਫਾਇਦਾ ਕੀ ਧਰਨਾ ਲਾਉਣ ਦਾ? ਚਲੋ ਬਿਮਾਰ ਆ ਜਿਹੜਾ, ਕੋਈ ਹੋਸਪਿਟਲ ਜਾਣਾ ਉਹਨੂੰ ਜਾਣਾ ਚਾਹੀਦਾ। ਜੇ ਕਿਸੇ ਨੂੰ ਕੋਈ ਮਾਰਿਆ ਗਿਆ ਦੱਸਦਾ, ਉਹਨੂੰ ਇਹਨੂੰ ਜਾਣ ਦੇਣਾ ਚਾਹੀਦਾ। ਐਂਬੂਲੈਂਸ ਵਗੈਰਾ ਤਾਂ ਕੱਢ ਰਹੇ ਆ, ਪਰ ਹੁਣ ਬੱਸ ਆ, ਤੁਸੀਂ ਗੱਲ ਕੀਤੀ ਕਿਸੇ ਨਾਲ ਕਿਸਾਨ ਨਾਲ? ਜਾਂ ਕਿ ਅਸੀਂ ਇੱਦਾਂ ਸਾਰੇ ਕਹਿੰਦੇ ਵੀ ਸਾਰਿਆਂ ਲਈ ਜ਼ਰੂਰੀ ਆ ਵੀ ਧਰਨਾ ਜਿਹੜਾ ਆ ਵੀ ਸਾਰਿਆਂ ਲਈ ਜ਼ਰੂਰੀ ਆ। ਵੀ ਇੱਦਾਂ ਦਾ ਵੀ ਕਈਆਂ ਦੇ ਮਰਿਓ ਆ, ਕਈਆਂ ਦੇ ਇੱਦਾਂ ਅਗਲੇ 100 ਗੱਲਾਂ ਬਣਾਉਂਦੇ ਆ ਜੀ ਮੂਹਰੇ। ਕੀ ਕਹਿ ਰਹੇ ਨਾ, ਅਸੀਂ ਲੜਨਾ ਥੋੜ੍ਹੀ ਆ, ਝਗੜਨਾ ਥੋੜ੍ਹੀ ਆ ਜੀ। ਅੱਗੇ ਰਿਸ਼ਤੇਦਾਰੀ, ਉੱਥੋਂ ਕੋਈ ਸਾਧਨ ਦੇਖਾਂਗੇ, ਚੱਲ ਜਾਵਾਂਗੇ ਕਹਾਂ। ਅਸੀਂ ਤਾਂ ਟਾਈਮ ਨਾਲ ਪਹੁੰਚਣਾ ਹੀ ਆ ਜੀ ਮਾਰਗ ਤੇ। ਲਓ ਜੀ, ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਧਰਨੇ ਕਾਰਨ। ਜਿਹੜਾ ਆ ਪਿੱਛੇ ਬੀਬੀ ਵੀ ਦੇਖ ਸਕਦੇ ਤੁਸੀਂ, ਮੋਢਿਆਂ ਤੇ ਰੱਖ ਕੇ ਆਪਣੇ ਜਿਹੜਾ ਸਮਾਨ ਗਾਹਾਂ ਨੂੰ ਤੁਰ ਰਹੀ ਹੈ ਬੱਸਾਂ ਦੇ ਵਿੱਚ ਆ। ਪਿੱਛੇ ਬੱਚੇ ਆ, 2-2, 3-3 ਮਹੀਨਿਆਂ ਦੇ ਜਿਹੜੇ ਬੱਸਾਂ ਦੇ ਵਿੱਚ ਆ, ਉਹ ਵੀ ਬੱਸਾਂ ਤੋਂ ਥੱਲੇ ਛਾਂ ਦੇ ਵਿੱਚ ਬਹਿ ਕੇ ਪੱਖੀਆਂ ਝੱਲਦੇ ਦੇਖੇ ਗਏ ਆ। ਕਿਉਂਕਿ ਲੋਕ ਕਾਫੀ ਇਹਨਾਂ ਨਾਲ ਪਰੇਸ਼ਾਨ ਹੋ ਰਹੇ ਆ, ਉਹ ਦੇਖ ਸਕਦੇ ਤੁਸੀਂ ਜਿਹੜੇ ਤਸਵੀਰਾਂ ਦੇ ਵਿੱਚ। ਇਹ ਵੀ ਲੱਗਦਾ ਬੱਸ ਦੇ ਵਿੱਚੋਂ ਕਿਸੇ ਉਤਰ ਕੇ ਅੱਗੇ ਆਪਣਾ ਸਫ਼ਰ ਪੈਦਲ ਤੈਅ ਕਰ ਰਹੇ, ਟੈਚੀ ਨਾਲ ਰੋੜ ਕੇ ਲੈ ਜਾ ਰਹੇ ਆ, ਬੈਗ ਬਾਹਾਂ 'ਚ ਪਾਏ ਹੋਏ ਆ। ਨਾ ਡਿਵਰਸ਼ਨ ਦੇਣ ਕਰਕੇ, ਕਿਉਂਕਿ ਬੱਸਾਂ ਇੱਥੇ ਲੱਗੀਆਂ ਹੋਈਆਂ, ਜ਼ਿਆਦਾਤਰ ਜਿਹੜੀਆਂ ਰੋਡਵੇ ਦੀਆਂ ਬੱਸਾਂ ਸਾਨੂੰ ਦੇਖਣ ਨੂੰ ਮਿਲ ਰਹੀਆਂ, ਜਿਹੜੀ ਪ੍ਰਾਈਵੇਟ ਬੱਸਾਂ ਆ ਉਹ ਇੱਥੇ ਖੜੀਆਂ ਹੋਈਆਂ। ਜੇਕਰ ਪਿੱਛੋਂ ਡਿਵਰਸ਼ਨ ਦਿੱਤੀ ਹੁੰਦੀ ਤਾਂ ਲੋਕ ਇਸ ਤਰੀਕੇ ਦੇ ਨਾਲ ਖੱਜਲ ਖਵਾਰ ਨਾ ਹੁੰਦੇ, ਕਿਉਂਕਿ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਉਹ ਵੀ ਕਿਤੇ ਨਾ ਕਿਤੇ ਜਾਇਜ਼ ਆ, ਕਿਉਂਕਿ ਝੋਨੇ ਦੀ ਜਿਹੜੀ ਖਰੀਦ ਨਹੀਂ ਹੋ ਰਹੀ, ਲੋਕ ਉਸ ਕਰਕੇ ਪਰੇਸ਼ਾਨ ਆ। ਇੱਧਰ ਦੇਖ ਸਕਦੇ ਛੋਟਾ ਬੱਚਾ ਜਿਹੜਾ ਸਕੂਟਰੀ ਐਕਟਿਵਾ ਆ, ਜਿਹੜੇ ਇਹ ਵੀ ਅੱਗੇ ਨੂੰ ਸ਼ਾਇਦ ਵਾਪਸ ਜਾਣਾ ਸੀ ਜਾਂ ਅੱਗੇ ਨੂੰ ਜਾਣਾ ਸੀਗਾ, ਇਹ ਵਾਪਸ ਜਿਹੜੇ ਮੋਟਰੇ ਦੇਖ ਰਹੇ ਆ। ਇਹ ਗੱਡੀ ਹੈ ਜਿਹੜੀ, ਗੱਡੀ ਦੇ ਵਿੱਚ ਲੋਕ ਅੱਗੇ ਨੂੰ ਜਾਣਾ ਉਹ ਵੀ ਪੁੱਛ ਰਹੇ ਕਿਸਾਨਾਂ ਤੋਂ, ਜਿਹੜਾ ਹੁਣ ਰਾਹ ਹੋਰ ਪੁੱਛ ਰਿਹਾ, ਬਦਲਵਾਂ ਹੱਲ ਜਿਹੜਾ ਪੁੱਛ ਰਹੇ ਲੋਕ ਕਿੱਥੇ ਜਾਣਾ ਹੈ। ਕਿਸਾਨ ਦੱਸ ਵੀ ਰਹੇ, ਸਮਝਾ ਵੀ ਰਹੇ ਹੈ, ਪਰ 12-3 ਜਿਵੇਂ SKM ਨੇ ਅੱਜ ਕਾਲ ਦਿੱਤੀ ਹੋਈ ਸੀ, ਉਸ ਤੋਂ ਬਾਅਦ ਜਿਹੜਾ ਫਲੋਰ ਦੇ ਵਿੱਚ ਇਹ ਧਰਨਾ ਲੱਗਾ ਹੋਇਆ ਨੈਸ਼ਨਲ ਹਾਈਵੇ ਦੇ ਉੱਪਰ, ਅਤੇ ਉਸ ਕਾਰਨ ਜਿਹੜਾ ਹੈ ਲੋਕ ਜਿਹੜਾ ਹੈ ਹੁਣ ਕਾਫੀ ਪਰੇਸ਼ਾਨ ਹੋ ਰਹੇ ਆ, ਖੱਜਲ ਖਵਾਰ ਹੋ ਰਹੇ ਆ।
तीन घंटे के यही धरने ने जिहड़ा लोगों नूं जरूर परेशान किया। सरकार ते किसानां दे जिहड़े दरम्यान रेड़का चल रहा उसनूं लैके जिहड़ा है यह धरना जिहड़ा चल रहा शैलर मालक आड़ती एसोसीएशन लेबर किसान जिहड़े सारे अज्ज सड़कां ते उतरे हुए हैं क्योंकि एक तरीक तो झोने की सरकारी खरीद जरूर सरकार वल्लों शुरू कराई गई है पर मंडियां दे विच हालात वध तों बदतर बने होने कारण अज्ज जिहड़ा है ये धरना लगा होया पूरे सूबे दे विच जिहड़ा यह धरना लगा होया ये जिहड़ा दुआबे दे विच यह धरना चल रहा जिस कारण लोग काफ़ी परेशान हो रहे क्योंकि मेन हाईवे जिहड़ा है नैशनल हाईवे 44 है जिहड़ा लुधियाना तो जलंधर साइड नूं यह रोड जाता है जिथे यह धरना लगा है सुनाया तुहानूं लोगों दे नाल भी गलबात कराई है हुण किसान वीरां दे नाल भी गलबात जरूर करूँगे उन्हां दीआं मुश्किलां भी सुनदे हैं वह भी जनता तक तो सरकार तक जिहड़े पहुँचाने की कुछ उन्हां दीआं मंगां है।